ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪੰਜਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 6ਵੇਂ ਕਾਂਡ ਦਾ ਪਹਿਲਾ ਭਾਗ ਗਰੀਬੀ अथवा ਨਿਮਰਤਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਹੰਮਦ ਇਕਬਾਲ ਜਹੇ ਉੱਚ ਕੋਟੀ ਦੇ ਵਿਦਵਾਨ ਕਵੀ ਦਾ ਉਰਦੂ ਭਾਸ਼ਾ ਵਿੱਚ ਇੱਕ ਸ਼ੇਅਰ ਹੈ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ ਕਿ ਦਾਣਾ ਖਾਕ ਵਿੱਚ ਮਿਲਕਰ ਗੁਲੋ ਗੁਲਜ਼ਾਰ ਹੁੰਦਾ ਹੈ ਜੇ ਦਾਣਾ ਮਿੱਟੀ ਵਿੱਚ ਮਿਲ ਕੇ ਆਪਣੀ ਹੋਣ ਦੀ ਕੁਰਬਾਨੀ ਨਾ ਦੇਂਦਾ ਤਾਂ ਉਹ ਸੁਗੰਧੀ ਭਰੇ ਫੁੱਲਾਂ ਨਾਲ ਅਤੇ ਸਵਾਦਿਸ਼ਟ ਫਲਾਂ ਨਾਲ ਕਦੇ ਨਾ ਲੱਦਿਆ ਜਾਂਦਾ ਐਵੇਂ ਹੀ ਆਪਾ ਭਾਵ ਮਿਟਾਇਆ ਹੀ ਗੁਰ ਸ਼ਬਦ ਗਿਆਨ ਤੋਂ ਪ੍ਰਭੂ ਪ੍ਰਾਪਤੀ ਦੇ ਅਸਲ ਟਿਕਾਣੇ ਦੀ ਸੂਝ ਆਉਂਦੀ ਹੈ ਰਿੱਧੀਆਂ ਸਿੱਧੀਆਂ ਦੇ ਜ਼ੋਰ ਨਾਲ ਸੁਮੇਰ ਪਹਾੜ ਤੇ ਚੜ ਬੈਠੇ ਸਿੱਧਾਂ ਨੇ ਗੁਰੂ ਨਾਨਕ ਜੀ ਤੋਂ ਪੁੱਛਿਆ हे ਬਾਲਕੇ ਐਡੀ ਉਚਾਈ ਤੇ ਤੈਨੂੰ ਕਿਹੜੀ ਸ਼ਕਤੀ ਲੈ ਆਈ ਹੈ ਆਪਾ ਭਾ ਮਿਟਾ ਕੇ ਆਉਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਗੁਰਮਤ ਗੁਰੂ ਉਪਦੇਸ਼ अथवा ਗੁਰੂ ਸਿੱਖਿਆ ਰੂਪ ਅਮੋਲਕ ਰਤਨਾ ਦੀ ਪ੍ਰਾਪਤੀ ਹੁੰਦੀ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਰਿਦੀਆਂ ਸਿੱਧੀਆਂ ਦੇ ਜ਼ੋਰ ਨਾਲ ਸੁਮੇਰ ਪਰਬਤ ਤੇ ਚੜ ਬੈਠੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਤੋਂ ਪੁੱਛ ਲਿਆ ਏ ਨਾਨਕ ਏਡੀ ਉਚਾਈ ਤੇ ਤੈਨੂੰ ਕਿਹੜੀ ਸ਼ਕਤੀ ਲੈ ਆਈ ਹੈ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਏ ਇਥੇ ਲਿਆਈ ਨੀਚ ਕਹਾਏ ਊਚ ਘਰ ਆਈ ਭਾਈ ਗੁਰਦਾਸ ਜੀ ਮਨ ਕਰਕੇ ਆਪ ਨੂੰ ਨੀਚ ਘਾਉਣ ਵਾਲਾ ਤਾਂ ਸਭ ਤੋਂ ਉੱਚੇ ਪ੍ਰਭੂ ਦੇ ਮਹਿਲੀ ਨਹੀਂ ਜਾ ਵੜਦਾ ਹੈ ਫਿਰ ਇਹ ਵਿਚਾਰਾ ਪਰਬਤ ਕਿਸ ਬਾਗ ਦੀ ਮੂਲੀ ਸੀ ਸਿੱਧਾਂ ਨਾਲ ਚਰਚਾ ਹੋਣ ਦੀਆਂ ਅਗਲੀਆਂ ਤਿੰਨ ਪੌੜੀਆਂ ਵਿੱਚੋਂ ਜਰਾ ਵੀ ਸੰਕੇਤ ਨਹੀਂ ਮਿਲਦਾ ਕਿ ਸਿੱਧਾਂ ਨੂੰ ਸਾਧਗੁਰਾਂ ਨੇ ਆਪਣੇ ਚਰਨ ਧੋ ਕੇ ਭਲਾਏ ਸਨ ਪਰ ਇਹ ਸਚਾਈ ਸਪਸ਼ਟ ਸ਼ਬਦਾਂ ਵਿੱਚ ਲਿਖੀ ਹੈ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ ਸ੍ਰੀ ਜਗਜੀਤ ਸਿੰਘ ਦੀ 16ਵੀਂ ਪੌੜੀ ਦੀ ਪਹਿਲੀ ਸਤਰ ਪੰਜ ਪਰਵਾਣ ਪੰਜ ਪ੍ਰਦਾਨ ਭਾਵ ਪ੍ਰਭੂ ਦੀ ਦਰگە ਪ੍ਰਵਾਣ ਸਿਆਣੇ ਮਨੁੱਖਾਂ ਦਾ ਜ਼ਿਕਰ ਆਰੰਭ ਹੋ ਜਾਂਦਾ ਹੈ ਫਿਰ 17ਵੀਂ ਪੌੜੀ ਦੀ ਪਹਿਲੀ ਸਤਰ ਤੋਂ ਅਸੰਖ ਜਪ ਅਸੰਖ ਭਾਉ ਭਾਵ ਜਪੀਆਂ ਅਤੇ ਪ੍ਰਭੂ ਨਾਲ ਪਿਆਰ ਕਰਨ ਵਾਲਿਆਂ ਦਾ ਜ਼ਿਕਰ ਹੈ ਅਤੇ ਫਿਰ 19ਵੀਂ ਪੌੜੀ ਦਾ ਆਰੰਭ ਅਸੰਖ ਨਾਮ ਅਸੰਖ ਥਾਮ ਭਾਵ ਪ੍ਰਭੂ ਦੀ ਬੇਅੰਤਤਾਈ ਦਾ ਵਰਣਨ ਹੈ ਇਨਾ ਤਿੰਨਾ ਪੌੜੀਆਂ ਦੀਆਂ ਅਖੀਰਲੀਆ ਚੌਹਾਂ ਸਤਰਾਂ ਦੀ ਪਹਿਲੀ ਪੰਕਤੀ ਕੁਦਰਤ ਕਵਣ ਕਹਾ ਵਿਚਾਰ ਹੈ 18ਵੀਂ ਪੌੜੀ ਦੀ ਪਹਿਲੀ ਪੰਕਤੀ ਅਸੰਖ ਮੂਰਖ ਅੰਧਕੋਰ ਭਾਵ ਜਿਸ ਵਿੱਚ ਸਾਰੇ ਨੀਚ ਕਰਮੀ ਮਨੁੱਖਾਂ ਦਾ ਜ਼ਿਕਰ ਹੈ ਉਸ ਪੌੜੀ ਦੀ ਉਹੀ ਸਤਰ ਕੁਦਰਤ ਕਵਣ ਕਹਾ ਵਿਚਾਰ ਲਿਖਣੀ ਗੁਰਦੇਵ ਜੀ ਨੂੰ ਨਾ ਪਾਈ ਨੀਚੋਂ ਊਜ ਕਰਨ ਆਏ ਨੀਚਾਂ ਦੇ ਸੰਗੀ ਸਾਥੀ ਗੁਰਦੇਵ ਪਾਤਸ਼ਾਹ ਜੀ ਆਪ ਵੀ ਨੀਚਾਂ ਦੀ ਹੀ ਕਤਾਰ ਵਿੱਚ ਜਾ ਖਲੋਤੇ ਇੱਥੇ ਐਂ ਲਿਖਿਆ ਨਾਨਕ ਨੀਚ ਕਹੈ ਵਿਚਾਰ ਨਿਮਰਤਾ ਦੀ ਸਖਲਾਈ ਦੇਣ ਵਾਲੇ ਗੁਰੂ ਪਰਮੇਸ਼ਰ ਦੀ ਆਪਣੀ ਨਿਮਰਤਾ ਦਾ ਸਿਖਰ ਹੈ ਪਾਰ ਬ੍ਰਹਮ ਦੇ ਰੂਪ ਅਜੇਹੇ ਦਿਆਲੂ ਸਤਿਗੁਰਾਂ ਦੀ ਯਾਦ ਆਉਂਦੀਆਂ ਹੀ ਗੁਰਬਾਣੀ ਦੀ ਇਹ ਤੁਕ ਕਿਵੇਂ ਨਾ ਰਸਨਾ ਤੇ ਆ ਟਿਕੇ ਆਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਪੰਨਾ 169 ਗੁਰਬਾਣੀ ਵਿੱਚ ਹੋਰ ਵੀ ਅਜਿਹੇ ਸ਼ਬਦ ਹਨ ਜਿਨ੍ਹਾਂ ਵਿੱਚ ਸਭ ਤੋਂ ਉੱਚੇ ਸਭ ਤੋਂ ਸੋਚੇ ਮੇਰੇ ਸ਼ੈਨ ਸ਼ਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਅਕਿਰਤ ਕੰਤਾ ਨੂੰ ਨਿਮਰਤਾ ਦਾ ਉਪਦੇਸ਼ ਦੇਣ ਲਈ ਆਪਣੇ ਆਪ ਨੂੰ ਨੀਚ ਲਿਖਿਆ ਹੈ ਕਥਨੀ ਕਥੋਂ ਨਾ ਆਵੇ ਔਰ ਗੁਰੁ ਕੁਛ ਦੇਖਿਆ ਨਾ ਹੀ ਦਰ ਹੋਰ ਦੁੱਖ ਸੁਖ ਭਾਣੇ ਤੇ ਸੇ ਰਜ਼ਾਏ ਨਾਨਕ ਨੀਚ ਕਹੈ ਲਿਵ ਲਾਏ ਪੰਨਾ 203 ਅਰਥ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਮੈਂ ਉਸਦੇ ਗੁਣ ਗਾਉਂਦਾ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਪ੍ਰਭੂ ਤੋਂ ਬਿਨਾਂ ਸੁੱਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ ਜੀਵਾਂ ਨੂੰ ਦੁੱਖ ਤੇ ਸੁੱਖ ਉਸ ਪ੍ਰਭੂ ਦੀ ਰਜ਼ਾ ਵਿੱਚ ਉਸ ਪ੍ਰਭੂ ਦੇ ਬਾਣੇ ਵਿੱਚ ਹੀ ਮਿਲਦਾ ਹੈ ਨੀਤ ਮਤ ਨਾਨਕ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਇਸ ਵਿੱਚ ਹੀ ਸੁਖ ਹੈ ਆਪ ਨਿਰਾਲਮ ਗੁਰਗੰਮ ਗਿਆਨ ਜੋ ਦੀਸੈ ਤੁਝ ਮਾਹੀ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੇ ਨਾਮ ਵਡਾਈ ਹੈ ਪੰਨਾ 1021 ਅਰਥ ਹੈ ਪ੍ਰਭੂ ਇਤਨਾ ਬਿਆੰਤ ਜਗਤ ਰਚ ਕੇ ਤੂੰ ਆਪ ਇਸ ਦੇ ਮੋਹ ਤੋਂ ਨਰਲੇਪ ਹੈ ਹੈ ਪ੍ਰਭੂ ਹੈ ਪ੍ਰਭੂ ਤੇਰੇ ਰੂਪ ਗੁਰੂ ਦੇ ਰਾਹੀ ਤੇਰੇ ਨਾਲ ਜਾਣ ਪਛਾਣ ਹੋ ਸਕਦੀ ਹੈ ਜਗਤ ਵਿੱਚ ਜੋ ਕੁਝ ਦਿਖ ਰਿਹਾ ਹੈ ਉਹ ਸਭ ਕੁਝ ਤੇਰੇ ਵਿੱਚ ਹੀ लीन ਹੋ ਜਾਂਦਾ ਗਰੀਬ ਨਾਨਕ ਤੇਰੇ ਦਰ ਤੋਂ ਨਾਮ ਦਾ ਖੈਰ ਮੰਗਦਾ ਹੈ हे ਪ੍ਰਭੂ ਮੈਨੂੰ ਆਪਣਾ ਨਾਮ ਦੇ ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ਜੁਗ ਜੁਗ ਸਾਚਾ ਹੈ ਵੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹੈ ਬੇਨੰਤੀ ਦਰ ਦੇਖੋ ਲਿਵ ਲਈ ਹੈ ਅਰਥ ਪ੍ਰਭੂ ਹਰ ਜੋਗ ਵਿੱਚ ਭਾਵ ਸਦਾ ਹੀ ਰਹਿਣ ਵਾਲਾ ਹੈ ਹੁਣ ਵੀ ਮੌਜੂਦ ਹੈ ਸਦਾ ਹੀ ਕਾਇਮ ਰਹੇਗਾ ਜਗਤ ਵਿੱਚ ਹੋਰ ਜਿਹੜਾ ਵੀ ਜੀਵ ਆਇਆ ਉਹ ਆਖਰ ਮਰ ਗਿਆ ਜਿਹੜਾ ਵੀ ਆਵੇਗਾ ਉਹ ਵੀ ਜ਼ਰੂਰ ਮਰੇਗਾ ਗਰੀਬ ਨਾਨਕ ਬੇਨਤੀ ਕਰਦਾ ਹੈ اے ਪ੍ਰਭੂ ਤੂੰ ਆਪਣੇ ਦਰਬਾਰ ਵਿੱਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈ ਗੁਰੂ ਨਾਨਕ ਜੀ ਤਾਂ ਸਦਾ ਉਹਨਾਂ ਦੇ ਸਾਥੀ ਰਹੇ ਜਿਹੜੇ ਨੀਚਾਂ ਵਿੱਚੋਂ ਵੀ ਨੀਸ ਸਮਝੇ ਜਾਂਦੇ ਸਨ ਮੈਂ ਗੁਰੂ ਵਾਲਾ ਬਣ ਕੇ ਅਸਲੀ ਸਿੱਖ ਬਣ ਗਿਆ ਤੂੰ ਨਿਗੁਰਾ ਹੋਣ ਕਰਕੇ ਕਿਰਣਾ ਯੋਗ ਹੈ ਅਜਿਹਾ ਕਹਿਣ ਵਾਲੇ ਹੰਕਾਰੀਆਂ ਨਾਲ ਗੁਰੂ ਨਾਨਕ ਜੀ ਦਾ ਕੀ ਵਾਸਤਾ ਨੀਚਾ ਅੰਦਰ ਨੀਚ ਜਾਤ ਨੀਤੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਨ ਤਿੱਥੇ ਨਦਰ ਤੇਰੀ ਬਖਸ਼ੀਸ਼ ਪੰਨਾ 15 ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋਂ ਪਾ ਮਲੋਵਾਂ ਆਪ ਤਿਆਗ ਸੰਤ ਸੰਗ ਸਮਾਵੋ ਪੰਨਾ 812 ਅਰਥ हे ਪ੍ਰਭੂ ਮਿਹਰ ਕਰ ਮੈਂ ਨੀਵੇਂ ਤੋਂ ਨੀਵਾ ਹੋ ਕੇ ਬਹੁਤ ਨੀਵਾ ਹੋ ਕੇ ਗੁਰਮਖਾਂ ਅਗੇ ਬੇਨਤੀ ਕਰਕੇ ਉਹਨਾਂ ਨੂੰ ਬੁਲਾਉਂਦਾ ਰਹਾ ਮੈਂ ਆਪਾ ਭਾਵ ਛੱਡ ਕੇ ਗੁਰਮਖਾਂ ਦੇ ਪੈਰ ਘੁੱਟਿਆ ਕਰਾਂ ਅਤੇ ਸਦਾ ਗੁਰਮਖਾਂ ਦੀ ਸੰਗਤ ਵਿੱਚ ਹੀ ਟਿਕਿਆ ਰਹਾ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਹੀ ਪੰਨਾ 814 ਅਰਥ ਪੰਚਮ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ হে ਪਾਈ ਮੈਂ ਨੀਚਾ ਸਾਂ ਆਲਾਦ ਸਾਂ ਅਨਜਾਨ ਸਾਂ ਮੇਰੇ ਅੰਦਰ ਕੋਈ ਗੁਣ ਨਹੀਂ ਸਨ ਮੈਂ ਗੁਨਾ ਤੂੰ ਸਖਣਾ ਸਾਂ ਪਰ ਗੁਰੂ ਦੀ ਮੱਤ ਤੇ ਚੱਲਦੇ ਰਹਿਣ ਨਾਲ ਮੈਂ ਨਾਨਕ ਉੱਤੇ ਪ੍ਰਮਾਤਮਾ ਦੀ ਮਿਹਰ ਹੋਈ ਪ੍ਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ਗੁਰੂ ਪਦਵੀ ਮਿਲ ਗਈ ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸੇ ਕੋਏ ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ ਪੰਨਾ 1015 ਅਰਥ ਗੁਰੂ ਨਾਨਕ ਨਰੰਕਾਰੀ ਜੀ ਦਾ ਫਰਮਾਨ ਹੈ ਕਿ ਪ੍ਰਭੂ ਚਰਨਾ ਵਿੱਚ ਇੱਕਵੇਂ ਘੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕੀਤੀ ਉਹ ਸਦਾ ਸਿਰ ਪ੍ਰਭੂ ਵਰਗਾ ਹੀ ਬਣ ਗਿਆ ਅਜਿਹੇ ਭਾਗਾ ਵਾਲੇ ਬੰਦੇ ਇਹ ਨਿਸ਼ਚੈ ਰੱਖਦੇ ਹਨ ਕਿ ਅਸੀਂ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਤੇ ਸਾਥੋਂ ਭੈੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਵਸ ਸਕਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਮਤ ਨਾਨਕ ਤਾਰੇ ਸੋਏ ਪੰਨਾ 728 ਅਰਥ ਨਾਨਕ ਬੇਨਤੀ ਕਰਦਾ ਹੈ ਜੋ ਮਨੁੱਖ ਹਉਮੈ ਦਾ ਤਿਆਗ ਕਰਦਾ ਹੈ ਤੇ ਸਮਝਦਾ ਹੈ ਕਿ ਮੈਂ ਹੋਰ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ ਅਜਿਹੀ ਸੇਵਕ ਨੂੰ ਪ੍ਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਪਾਰ ਲੰਘਾ ਲੈਂਦਾ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਇ ਪੰਨਾ 1364 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪੰਜਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 6ਵੇਂ ਕਾਂਡ ਦਾ ਪਹਿਲਾ ਭਾਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ